ਇੰਡਸਟਰੀ ਯੂਨਿਟ ਦੇ ਸਾਰੇ ਡਾਇੰਗ ਇੰਡਸਟਰੀ ਵਾਲੇ ਮੇਰੇ ਕੋਲ ਸਰਕਾਰ ਜੋ ਸਾਥੀ ਆਏ ਸੀਗੇ, ਤਕਰੀਬਨ 54 ਇੰਡਸਟਰੀਆਂ ਨੂੰ ਇਹਨਾਂ ਨੂੰ ਨੋਟਿਸ ਜਿਹੜੇ ਗਏ ਨੇ ਪੋਲਿਊਸ਼ਨ ਕੰਟਰੋਲ ਬੋਰਡ ਵੱਲੋਂ, ਕਿਉਂਕਿ ਜੋ 2019 ਦੇ ਵਿੱਚ ਸੀਗਾ ਵੀ ਇੰਡਸਟਰੀਜ਼ ਨੂੰ ਤੁਸੀਂ ਬਾਹਰ ਲੈ ਕੇ ਜਾਓ ਆਪਣੀ ਨੂੰ, ਉਹਦੇ ਤਹਿਤ ਇਹਨਾਂ ਨੂੰ ਗਏ ਸੀ, ਪਰ ਉਹ ਅੱਜ ਪੋਲਿਊਸ਼ਨ ਕੰਟਰੋਲ ਬੋਰਡ ਦੇ ਜੋ ਸਾਡੇ ਚੀਫ ਨੇ ਮਿਸਟਰ ਗੁਪਤਾ ਸਾਹਿਬ ਅਤੇ SC ਪਰਮਜੀਤ ਸਿੰਘ ਹੋਰ ਸਾਰੇ ਆ ਗਏ ਸੀਗੇ, ਅਤੇ ਮਾਣਯੋਗ ਮੀਤਹਿਰ ਜੀ ਨਾਲ ਵੀ ਗੱਲ ਕਰ ਲਈ ਇਨਵਾਇਰਮੈਂਟ ਮਿਨਿਸਟਰ ਸੀ ਨਾਲ, ਜੋ ਕਿ ਇਹਨਾਂ ਨੂੰ ਅਜੇ ਤਾਂ ਫੌਰੀ ਤੌਰ 'ਤੇ ਰਿਲੀਫ ਦਵਾਇਆ ਹੈਗਾ, ਔਰ ਇਹਨਾਂ ਤੋਂ ਰਿਪ੍ਰਜੈਂਟੇਸ਼ਨ ਲੈ ਰਹੇ ਹੈਗੇ ਆ, ਜੋ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਜੋ ਵੀ ਪ੍ਰੋਬਲਮਸ ਨੇ ਉਹਨਾਂ ਨੂੰ ਬੜੇ ਵਧੀਆ ਤਰੀਕੇ ਨਾਲ ਅਸੀਂ ਹੱਲ ਕਰਦੇ ਹਾਂ। ਠੀਕ ਹੈ ਸਰ, ਬਾਰ ਬਾਰ ਇਹਨਾਂ ਦਾ ਇੱਕ ਆਉਂਦਾ ਕਿ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਲੈ ਕੇ ਉਹਦੀ ਛਵੀ ਨੂੰ ਲੈ ਕੇ ਹਮੇਸ਼ਾ ਤੋਂ ਇੱਕ ਰਹਿੰਦਾ ਕਿ ਪੋਲਿਊਸ਼ਨ ਕੰਟਰੋਲ ਬੋਰਡ ਹੀ ਦਿੱਕਤ ਕਰਦਾ ਹੈ, ਜਾਂ ਇੱਦਾਂ 650 ਕਰੋੜ ਰੁਪਇਆ ਤੁਸੀਂ ਲੋਕ ਨਾਲੇ 'ਤੇ ਵੀ ਬੁੱਢੇ ਨਾਲੇ 'ਤੇ ਵੀ ਖਰਚ ਕਰ ਰਹੇ ਹੋ, ਉਸ ਤੋਂ ਬਾਅਦ ਵੀ ਜੇ ਇੰਡਸਟਰੀ ਬੰਦ ਹੀ ਕਰਨੀ ਪੈ ਰਹੀ ਹੈ ਤਾਂ ਫਿਰ ਰਿਜ਼ਲਟ ਕੀ ਹੈ? ਦੇਖੋ, ਇੰਡਸਟਰੀ ਨਹੀਂ ਬੰਦ ਹੋਏਗੀ, ਬਿਲਕੁਲ ਇੰਡਸਟਰੀ ਬੰਦ ਨਹੀਂ ਹੋਏਗੀ, ਕਿਸੇ ਕੀਮਤ 'ਤੇ ਬੰਦ ਨਹੀਂ ਹੋਏਗੀ, ਕਿਉਂਕਿ ਇੰਡਸਟਰੀ ਸਾਡੀ ਸਰਕਾਰ ਦੀ ਰੀੜ ਦੀ ਹੱਡੀ ਆ, ਜਿਹੜੀ ਕਿ GST ਵੈਟ ਇਨਕਮ ਟੈਕਸ ਸਾਰੇ ਟੈਕਸ ਇੰਪਲੋਇਮੈਂਟ ਜਨਰੇਟ ਕਰਦੀ ਹੈਗੀ ਆ, ਔਰ ਇਸ ਕਰਕੇ ਇੰਡਸਟਰੀ ਨੂੰ ਨਾ ਅਸੀਂ ਤਾਂ ਮਾਨ ਸਾਹਿਬ ਤਾਂ ਇੰਡਸਟਰੀ ਨੂੰ ਪ੍ਰਮੋਟ ਕਰ ਰਹੇ ਹਾਂ ਜਗ੍ਹਾ ਜਗ੍ਹਾ 'ਤੇ, ਉਹਨਾਂ ਨੇ ਆਪਣੇ ਬੋਰਡ ਵੀ ਅਸੀਂ ਪੰਜਾਬ ਸਰਕਾਰ ਵੱਲੋਂ ਲਾਏ ਨੇ, ਮਾਨ ਸਾਹਿਬ ਨੇ ਵੀ ਆਪਣੇ ਸੁਝਾਅ ਦੇ ਕਿਸ ਤਰੀਕੇ ਨਾਲ ਅਸੀਂ ਹੋਰ ਇੰਡਸਟਰੀ ਨੂੰ ਪ੍ਰਮੋਟ ਕਰਨਾ ਹੈਗਾ। ਇਹ ਕੁਛ ਮਿਸਅੰਡਰਸਟੈਂਡਿੰਗ ਸੀ, ਅੱਜ ਬੈਠ ਕੇ ਇਹਨਾਂ ਦੀਆਂ ਦੂਰ ਕਰਾ ਦਿੱਤੀਆਂ ਗਈਆਂ ਨੇ, ਔਰ ਜੋ ਇਹਨਾਂ ਦੇ ਉੱਤੇ ਇੱਕੋਦਮ ਤੁਗਲਕੀ ਪ੍ਰਮਾਣ ਕਿਸੇ ਕੋਈ ਵੀ ਡਿਪਾਰਟਮੈਂਟ ਵੱਲੋਂ ਸੀਗਾ ਉਹਨੂੰ ਅੱਜ ਫੌਰੀ ਤੌਰ 'ਤੇ ਉਹਨਾਂ ਨੂੰ ਅਸੀਂ ਅੱਜ ਵਿਦਡਰਾਅ ਕੀਤਾ ਹੈਗਾ। ਥੈਂਕ ਯੂ। ਸਰ, ਸ਼ੁਭ ਨਾਮ ਕੀ? ਧਰੁਵ ਗੁਪਤਾ, ਅਤੇ ਮੇਰੇ ਨਾਲ ਮੇਰੇ ਫਾਦਰ ਸਾਹਿਬ ਹੈ ਜੀ, ਸੁਭਾਸ਼ ਜੀ। ਧਰੁਵ ਜੀ, ਅੱਜ ਮੀਟਿੰਗ ਕੀਤੀ ਹੈ ਵਿਧਾਇਕ ਅਤੇ ਪੋਲਿਊਸ਼ਨ ਬੋਰਡ ਦੇ। ਹਾਂਜੀ 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 ਸਰ, ਇਸ ਤਰ੍ਹਾਂ ਦੇਰ ਵਾਜ਼ ਅ ਡਾਇਰੈਕਸ਼ਨ, ਇੱਕ ਡਾਇਰੈਕਸ਼ਨ ਦਿੱਤੀ ਗਈ ਸੀਗੀ 2019 ਦੇ ਅੰਦਰ, ਵਿੱਚ ਜਿਸ ਦੇ ਅੰਦਰ ਕੁਛ ਕੰਡੀਸ਼ਨਸ ਲਗਾਈਆਂ ਗਈਆਂ ਸੀ ਇੰਡਸਟਰੀ ਨੂੰ ਲੈ ਕੇ ਟੂ ਸੇਫਗਾਰਡ ਦਾ ਬੁੱਢਾ ਨਾਲਾ, ਅਤੇ ਉਸ ਰਿਲੇਟਿਡ ਹੀ ਸੀਗਾ। ਕੁਛ ਇੰਡਸਟਰੀ ਜਿਹੜੀ ਸੀ ਉਹ CETP 'ਤੇ ਸ਼ਿਫਟ ਹੋ ਗਈ ਸੀ, ਅਤੇ ਕੁਛ ਇੰਡਸਟਰੀ ਜਿਹੜੀ ਪ੍ਰੈਕਟੀਕਲ ਵਾਇਬਿਲਿਟੀ ਨਹੀਂ ਸੀ CETP 'ਤੇ ਜਾਣ ਦੀ, ਉਹਨਾਂ ਦਾ ਇੱਕ ਡਿਫਰੈਂਟ ਪ੍ਰਪੋਜ਼ਲ ਬਣਾਇਆ ਗਿਆ ਸੀਗਾ, ਜਿਹੜਾ ਕੁਛ ਕਾਰਨ ਵਰਸ਼ ਪ੍ਰੋਪਰ ਤਰੀਕੇ ਨਾਲ ਪ੍ਰਵਾਨ ਨਹੀਂ ਹੋ ਪਾਇਆ। ਉਹ ਪ੍ਰਵਾਨਗੀ ਨਾ ਹੋਣ ਕਰਕੇ ਪੋਲਿਊਸ਼ਨ ਬੋਰਡ ਨੇ ਕਲੋਜ਼ਰ ਦੇ ਨੋਟਿਸਿਸ ਇਸ਼ੂ ਕੀਤੇ ਸੀਗੇ। 2 ਦਿਨ ਪਹਿਲਾਂ ਹੀਅਰਿੰਗ ਹੋਈ ਸੀ ਸਾਡੀ, ਉਹਦੇ ਅੰਦਰ ਸਾਰੇ ਕਲੋਜ਼ਰ ਦਾ ਨੋਟਿਸ ਦਿੱਤਾ ਗਿਆ ਸੀਗਾ, ਅਤੇ ਉਸ ਚੀਜ਼ ਨੂੰ ਹੀ ਲੈ ਕੇ ਮੀਟਿੰਗ ਕੀਤੀ ਗਈ ਸੀ ਕਿ ਇੰਡਸਟਰੀ ਕਿਸ ਫਾਲਟ 'ਤੇ ਹੈ। ਕਿੰਨੀ ਡਾਇੰਗਾਂ ਨੂੰ ਦਿੱਤਾ ਸਰ? ਇਹ 54 ਡਾਇੰਗਸ ਦਾ ਜਿਹੜਾ ਨੋਟਿਸ ਹੈ ਸਾਹਮਣੇ ਆ ਰਿਹਾ, ਉਹਦੇ ਅੰਦਰ ਡਿਫਰੈਂਟ ਸਕੈਟਰਡ ਯੂਨਿਟਸ ਹੈ, ਕੁਛ ਸਰਟੀਫਾਈਡ ਇੰਡਸਟਰੀਅਲ ਏਰੀਆ ਦੇ ਅੰਦਰ ਹੈ, ਅਤੇ ਸਾਰੇ ਲੋਕ ਇੱਕ ਡਾਇਰੈਕਸ਼ਨ ਫੋਲੋ ਕਰ ਰਹੇ। ਜੋ ਵੀ ਗਵਰਨਮੈਂਟ ਡਾਇਰੈਕਸ਼ਨਸ ਦਿੰਦੀ ਹੈ ਕਿ ਤੁਸੀਂ ਆਪਣੇ ਪਲਾਂਟ ਨੂੰ ਅਪਗ੍ਰੇਡ ਕਰਨਾ ਹੈ, ਟਾਈਮਲੀ ਅਪਗ੍ਰੇਡ ਕੀਤਾ ਗਿਆ, ਬਟ ਸਟਿਲ ਇੱਕ ਗੈਪ ਆਫ ਕਮਿਊਨੀਕੇਸ਼ਨ ਕਰਕੇ ਜੋ ਬੋਰਡ ਵੱਲੋਂ ਸਾਨੂੰ ਦੱਸਿਆ ਗਿਆ ਕਿ ਕਮਿਊਨੀਕੇਸ਼ਨ ਗੈਪ ਹੋਣ ਕਰਕੇ ਇਹ ਚੀਜ਼ਾਂ ਦੇ ਉੱਪਰ ਐਕਸ਼ਨ ਜਿਹੜਾ ਹੈ ਇਸ ਤਰੀਕੇ ਨਾਲ ਲਿਆ ਗਿਆ ਹੈ, ਅਤੇ ਵੈਰੀ ਸੂਨ ਇੱਕ ਡਿਸਕਸ਼ਨ, ਦੁਬਾਰਾ ਹੈਲਦੀ ਡਿਸਕਸ਼ਨ ਕਰਕੇ ਇੱਕ ਪ੍ਰਪੋਜ਼ਲ ਦੇ ਕੇ ਇਸ ਚੀਜ਼ ਨੂੰ ਰਿਜ਼ੋਲਵ ਕੀਤਾ ਜਾਵੇ। ਸਰ, MLA ਸਾਹਿਬ ਨੇ ਆਪਣਾ ਪੂਰਾ ਆਸ਼ਵਾਸਨ ਦਿੱਤਾ ਹੈ। ਆਈ ਵੁੱਡ ਸੇ ਕਿ ਹੀ ਵਾਜ਼ ਵੈਰੀ ਸਪੋਰਟਿਵ। ਉਹਨਾਂ ਨੇ ਸਵੇਰ ਦੇ ਆਪਣੇ 4-5 ਘੰਟੇ ਕੱਢ ਕੇ ਸਾਨੂੰ ਇੰਡਸਟਰੀ ਵਾਲਿਆਂ ਨੂੰ ਸੁਣਿਆ, ਪੋਲਿਊਸ਼ਨ ਬੋਰਡ ਦੀ ਟੀਮ ਨੂੰ ਬੁਲਾਇਆ, ਇੱਕ ਪਲੇਟਫਾਰਮ ਦੇ ਉੱਪਰ ਕਰਕੇ ਸਾਰੀ ਚੀਜ਼ਾਂ ਨੂੰ ਇੱਕ ਬਹੁਤ ਹੀ ਹੈਲਦੀ ਵੇ ਦੇ ਨਾਲ ਡਿਸਕਸ ਕਰਨ ਲਈ ਦੱਸਿਆ, ਅਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਇੱਕ ਇੰਡਸਟਰੀ ਹੈ, ਟੈਕਸਟਾਈਲ ਇੰਡਸਟਰੀ ਹੈ, ਉਹ ਮਦਰ ਬੈਕਬੋਨ ਹੈ ਲੁਧਿਆਣਾ ਸ਼ਹਿਰ ਦੇ। ਅੱਜ 50% ਲੁਧਿਆਣਾ ਟੈਕਸਟਾਈਲ ਇੰਡਸਟਰੀ ਦਾ ਚੱਲਦਾ ਹੈ, ਅਤੇ ਜੇ ਅੱਜ 54 ਡਾਇੰਗਾ ਤਾਂ ਕੱਲ੍ਹ ਨੂੰ ਹੋਰ ਕਿਸੇ ਦੇ ਉੱਪਰ ਵੀ ਇਹ ਗਾ ਜਾ ਸਕਦੀ ਹੈ, ਕਿਸੇ ਹੋਰ ਇੰਡਸਟਰੀ ਦੇ ਉੱਪਰ ਵੀ ਆ ਸਕਦੀ ਹੈ। ਅਤੇ ਉਹ ਕਹਿੰਦੇ ਕਿ ਅਸੀਂ ਇੱਕ ਸੁਸਾਇਟੀ ਨੂੰ, ਆਪਣੀ ਜਨਤਾ ਨੂੰ, ਪ੍ਰਸ਼ਾਸਨ ਨੂੰ ਅਤੇ ਸ਼ਾਸਨ ਨੂੰ ਇੱਕ ਪਲੇਟਫਾਰਮ 'ਤੇ ਲਿਆ ਕੇ ਇਹਨੂੰ ਇੱਕ ਹੈਲਦੀ ਇਨਵਾਇਰਮੈਂਟ ਵੱਲ ਲਿਜਾ ਕੇ, ਜਿਸ 'ਚ ਇੰਡਸਟਰੀ ਵੀ ਅੱਗੇ ਜਾਏ, ਬੁੱਢੇ ਨਾਲੇ ਦੀ ਸਮੱਸਿਆ ਵੀ ਹੱਲ ਹੋਏ, ਅਤੇ ਜਿਹੜਾ ਇੰਡਸਟਰੀਅਲਿਸਟ ਹੈ ਉਹ ਵੀ ਖੁਸ਼ਹਾਲ ਰਹੇ, ਜਨਤਾ ਵੀ ਖੁਸ਼ਹਾਲ ਰਹੇ, ਅਤੇ ਸ਼ਹਿਰ ਦੀ ਤਰੱਕੀ ਹੋਈ। ਅੱਜ ਕਿੰਨੇ ਬੰਦੇ ਆ ਕੇ ਉੱਥੇ ਮਿਲੇ ਤੁਹਾਨੂੰ? ਸਰ, ਅੱਜ ਸਵੇਰ ਦੇ ਸਾਰੇ ਇੰਡਸਟਰੀਅਲਿਸਟ ਜਿਹੜੇ ਸੀਗੇ ਅਲੋਂਗ ਵਿਦ ਦੇਅਰ ਟੀਮ ਮੈਂਬਰਸ ਆਏ ਹੋਏ ਸੀਗੇ, ਬਿਕੋਜ਼ ਇਸ ਟਾਈਮ ਤਾਂ
ਰੋਟੀ ਦੀ ਗੱਲ ਆ ਗਈ ਹੈ। ਕਲੋਜ਼ਰ ਮੀਨਸ ਤੁਸੀਂ ਸਵੇਰ ਤੋਂ ਆਪਣੀ ਫੈਕਟਰੀ ਚਲਾ ਨਹੀਂ ਸਕਦੇ, ਵਿੱਚ ਮੀਨਸ ਕਿ ਬਹੁਤ ਬੇਰੁਜ਼ਗਾਰੀ ਹੋਏਗੀ ਸਾਰਿਆਂ ਦੇ ਉੱਪਰ। ਅੱਜ ਇੰਡਸਟਰੀ ਲਗਾਉਣ ਦੇ ਲਈ ਕਰੋੜਾਂ ਰੁਪਏ ਦੇ ਲੋਨ ਲਿੱਤੇ ਜਾਂਦੇ, ਹਾਈਟੈਕ ਪਲਾਂਟ ਲਗਾਏ ਜਾਂਦੇ ਹੈ, ਡਾਇਰੈਕਸ਼ਨਸ ਦੇ ਹਿਸਾਬ ਨਾਲ ਹਰ ਚੀਜ਼ ਨੂੰ ਪ੍ਰੋਪਰਲੀ ਮੋਨੀਟਰ ਕੀਤਾ ਜਾਂਦਾ। ਅਤੇ ਜੇ ਇੰਡਸਟਰੀ ਬੰਦ ਹੋ ਜਾਏਗੀ ਤਾਂ ਨਾ ਬੰਦਾ ਰਹੇਗਾ ਜੀ, ਨਾ ਇੰਡਸਟਰੀ ਰਹੇਗੀ, ਨਾ ਰੁਜ਼ਗਾਰ ਰਹੇਗਾ। ਸਰ ਅੱਜ ਮੀਟਿੰਗ ਕੀਤੀ ਹੈ ਤੁਹਾਡੇ ਨਾਲ ਇੰਡਸਟਰੀਲਿਸਟਾਂ ਦੇ ਨਾਲ, ਵਿਧਾਇਕ ਸਾਹਿਬ ਵੀ ਸੀਗੇ, ਹਾਂਜੀ, ਕੀ ਵਿਸ਼ੇ ਕੀ ਸੀਗੇ ਇਹਨਾਂ ਦੇ? ਇਸ਼ੂਜ਼ ਸੁਣ ਲਏ ਹੈ ਜੀ ਸਾਰੇ, ਕਿਉਂਕਿ ਗੌਰਮੈਂਟ ਦੀ ਪੋਲਿਸੀ ਸੀ ਨਾ ਪੁਰਾਣੀ 3.5-4 ਸਾਲ ਦੀ, ਇਹਨਾਂ ਨੇ ਸੀਵਰ 'ਚ ਪਾਣੀ ਬੰਦ ਕਰਨਾ ਸੀ, ਅਸੀਂ ਉਹੀ ਇਹਨਾਂ ਨੂੰ ਡਾਇਰੈਕਸ਼ਨ ਦਿੱਤੀ ਹੈ ਵੀ ਸੀਵਰ 'ਚ ਪਾਣੀ ਬੰਦ ਕਰ ਦਿਉ ਜੀ। ਅਤੇ ਹੁਣ ਇਹਨਾਂ ਦੀ ਗੱਲਬਾਤ ਸੁਣ ਲਈ ਹੈ, ਕਹਿੰਦੇ ਅਸੀਂ ਉਹ ਤਾਂ ਰੈਮੇਡੀਅਲ ਮੇਜ ਲੈਣ ਨੂੰ ਤਿਆਰ ਹਾਂ, ਸੋਲਿਊਸ਼ਨ ਕੱਢਾਂਗੇ। ਅਤੇ ਅਸੀਂ ਕਿਹਾ ਇਹਨਾਂ ਨੂੰ ਸਾਨੂੰ ਲਿਖ ਕੇ ਦਿਓ, ਸਾਰਾ ਕੁਝ ਕਰ ਲਓ, ਕਮਿਟ ਕਰ ਲਓ, ਅਤੇ ਜਿਵੇਂ ਬਾਕੀ ਫਿਰ ਸਰਕਾਰ ਦੀ ਜਿਵੇਂ ਜੋ ਡਿਸਾਈਡ ਹੋਵੇ ਉਸ ਹਿਸਾਬ ਨਾਲ ਅਸੀਂ ਕਾਰਵਾਈ। ਸਰ ਇਸ ਤੋਂ ਇਲਾਵਾ ਕਈ ਹੋਰ ਵੀ ਨਿਯਮਾਂ ਦੀ ਉਲੰਘਣਾ ਕਰਦੇ ਨੇ, ਉਹਨਾਂ ਖਿਲਾਫ਼ ਕਿਸ ਤਰੀਕੇ ਦੀ ਕਾਰਵਾਈ? ਕਿਹੜੇ ਨਿਯਮ ਹੈ ਫੋਰ ਐਗਜ਼ਾਮਪਲ? ਸਰ ਫੋਰ ਐਗਜ਼ਾਮਪਲ ਜਿਵੇਂ ਡਾਈਨ ਦੇ ਹੀ ਤੁਸੀਂ ਕਈ ਡਾਈਨ ਵਾਲਿਆਂ ਨੂੰ ਨੋਟਿਸ ਵੀ ਦਿੱਤੇ ਗਏ ਨੇ ਉਹਦੇ ਬਾਰੇ? ਕਾਹਦੇ? ਉਹੀ ਨੋਟਿਸ ਹੈ ਜੀ ਜਿਹੜੀ ਗੱਲ ਕੀਤੀ ਹੈ। ਕੀ ਵੇਰਵਾ ਕੀ ਹੈ ਪੂਰਾ ਥੋੜ੍ਹਾ ਜਿਹਾ? ਨਹੀਂ ਵੇਰਵਾ ਤੁਸੀਂ ਕਿਸ ਤਰ੍ਹਾਂ ਦਾ ਵੇਰਵਾ ਚਾਹੁੰਦੇ? ਜਿਹੜੇ ਉਹਨੇ ਨੋਟਿਸ ਦਿੱਤੇ ਹੈ, ਕਿਸ ਲਈ ਨੋਟਿਸ ਦਿੱਤੇ ਸੀ ਅੱਜ ਜਿਹੜੀ ਉਹਨਾਂ ਨੇ ਮੀਟਿੰਗ ਤਾਂ? ਨੋਟਿਸ ਦੱਸਤਾ ਦਿੱਤਾ ਮੈਂ 10-10-19 ਦੀ ਨਾ, ਇੱਕ ਗੌਰਮੈਂਟ ਦੀ ਪੋਲਿਸੀ ਸੀਗੀ ਜਿਹ 'ਚ ਇਹਨਾਂ ਨੂੰ ਕਿਹਾ ਸੀ ਵੀ 31 ਮਾਰਚ 2023 ਤੱਕ ਆਪਣਾ ਪਾਣੀ ਬੰਦ ਕਰ ਦਿਉ ਸੀਵਰ 'ਚ ਪਾਉਣਾ। ਉਹ ਇਹਨਾਂ ਨੇ ਹਾਲੇ ਤਾਂ ਕੁਛ ਸਟੈਪਸ ਲਿੱਤੇ ਨਹੀਂ ਸੀ, ਉਸ ਕਰਕੇ ਅਸੀਂ ਇਹਨਾਂ ਨੂੰ ਨੋਟਿਸ ਦਿੱਤੇ ਸੀਗੇ, ਅਤੇ ਉਸੇ ਦੇ ਵਜੋਂ ਹੀ ਇਹ ਗੱਲਬਾਤ ਹੋਈ ਹੈ ਸਾਰੀ। ਹੁਣ ਡਾਇਰੈਕਸ਼ਨ ਦੇ ਦਿੱਤੀ ਹੁਣ ਇਹਨਾਂ ਨੂੰ ਕਿਹਾ ਜੀ ਆਪਣੇ ਪ੍ਰਪੋਜ਼ਲ ਬਣਾ ਕੇ ਦੇ ਰਹੇ ਹਾਂ, ਅਤੇ ਅਸੀਂ ਜ਼ਰੂਰ ਕਾਰਵਾਈ ਕਰਾਂਗੇ ਉੱਥੇ। ਸਰਕਾਰ ਇਹਨਾਂ ਦੇ ਨਾਲ ਹੈ, ਅਸੀਂ ਕੋਈ ਬੰਦ ਕਰਨ ਦੇ ਹੱਕ 'ਚ ਨਹੀਂ ਹੈ, ਬਟ ਇਨਵਾਇਰਮੈਂਟ ਦਾ ਵੀ ਧਿਆਨ ਰੱਖਣਾ, ਆਪਾਂ ਆਉਣ ਵਾਲੀ ਜਨਰੇਸ਼ਨ ਦਾ ਵੀ ਧਿਆਨ ਰੱਖਣਾ, ਅਤੇ ਲੁਧਿਆਣੇ 'ਚ ਸੁਧਾਰ ਵੀ ਕਰਨਾ। ਦੋਨੋਂ ਕੰਮ ਨਾਲ ਨਾਲ ਚੱਲਣਗੇ ਜੀ, ਇੰਡਸਟਰੀ ਵੀ ਗਰੋਥ ਹੋਏਗੀ ਅਤੇ ਪੋਲਿਊਸ਼ਨ ਵੀ ਕੰਟਰੋਲ ਕਰਨਾ, ਵਨ ਸਾਈਡਿਡ ਗੱਲ ਨਹੀਂ ਹੋ ਸਕਦੀ। ਠੀਕ ਹੈ।